ਜਦੋਂ ਮੈਂ ਹੋਸ਼ ਸੰਭਾਲੀ ਉਦੋਂ ਪੁਰਾਣੇ ਜਿਹੜੇ ਉਹਨਾਂ ਦੇ ਮਕਾਨ ਸਨ ਹੁਣ ਸਾਰੇ ਨਵੇਂ ਸਿਰੇ ਤੋਂ ਤਾਮੀਰ ਹੋ ਚੁੱਕੇ ਸਨ। ਸਿਰਫ ਇੱਕ ਬੈਠਕ, ਠੀਕ ਹੈ, ਬੈਠਕ ਦੀ ਵੀ ਦਿਉੜੀ ਕਹਿ ਲਵੋ। ਅੱਛਾ। ਬੈਠਕ 'ਤੇ ਉਹਨਾਂ ਦੀ ਬੜੀ ਵਸੀਰ ਅਤੇ ਕੁਸ਼ਾਦਾ ਦੱਸਦੇ ਸਨ, ਉਹਨਾਂ ਨੂੰ 14 ਦਰਵਾਜ਼ੇ ਸਨ। ਠੀਕ ਹੈ। ਇਹ ਹੈ ਜਿਹੜਾ ਦਰਵਾਜ਼ਾ। ਅੱਛਾ, ਖਾਲੀ ਬੈਠਕ ਨੂੰ ਤੋਂ 14 ਦਰਵਾਜ਼ੇ? 14 ਦਰਵਾਜ਼ੇ ਸਨ। ਇਹ ਉਹ ਸਮਝ ਲਓ ਕਿ ਦਿਉੜੀ ਜਿਹੜੀ ਜਿੱਥੋਂ ਇੰਟਰੀ ਹੁੰਦੀ ਸੀ ਬਾਹਰੋਂ ਗਲੀ ਵਾਲੀ ਸਾਈਡ ਤੋਂ, ਇਹ ਉਹਦਾ ਦਰਵਾਜ਼ਾ ਸੀ। ਜਿੱਦੀ ਹੈ ਤੁਹਾਡੇ ਸਾਹਮਣੇ ਪੱਲਾ ਮੌਜੂਦ ਹੈ। ਮਾਈ ਸਾਹਿਬ ਆਏ ਸਨ, ਉਹ ਜਦੋਂ ਉਹਨਾਂ ਦੀ ਧੀ ਸੀ। ਹਾਂ, ਮਾਈ ਤਾਰਾ ਸਿੰਘ ਦੀ ਬੇਟੀ ਸੀ ਮਾਈ ਚੰਨੋਂ। ਜਦੋਂ ਇਹ ਇੱਥੋਂ ਗਈ ਸੀ, ਦੱਸਦੇ ਸਨ ਕਿ ਅੱਪੀ ਉਹ ਬਜਾਰ ਬਾਜ਼ਾਰ ਤੇ ਖੁਦ ਦੱਸਦੀ ਸੀ ਕਿ ਮੈਂ ਜਦੋਂ ਇੱਥੋਂ ਪਿੰਡੋਂ ਗਈ ਹਾਂ, ਮੇਰੇ ਵਾਲ ਸਾਹਿਬ ਨੇ ਉਹਨਾਂ ਨੇ ਕਾਫਲੇ ਦੇ ਨਾਲ ਮੈਨੂੰ ਰਵਾਨਾ ਕਰ ਦਿੱਤਾ। ਅੱਛਾ। ਕਿ ਜਾਓ, ਇੱਥੇ ਹਾਲਾਤ ਠੀਕ ਨਹੀਂ, ਤੁਸੀਂ ਕਾਫਲੇ ਨਾਲ ਜਾਓ। ਅਤੇ ਇੱਥੋਂ ਪਿੰਡੋਂ ਨਜ਼ੀਰ ਅਤੇ ਬਸ਼ੀਰ ਦੋ ਭਾਈ ਸਨ, ਉਹ ਮਤਲਬ ਦੋ ਬਰਾਦਰੀਆਂ ਦੇ, ਉਹ ਅੱਛੇ ਮਤਲਬ ਕਲੋਜ਼ ਤਲਕ ਸਨ। ਅਤੇ ਉਹਨਾਂ ਨੇ ਕਾਫਲੇ ਨਾਲੋਂ ਵਾਪਸ ਆਏ ਮੈਨੂੰ ਲੈਣ ਦਾ, ਕਿ ਅਸੀਂ ਤੈਨੂੰ ਆਪਣੇ ਕੋਲ ਹੀ ਰੱਖਣਾ, ਇੱਥੇ ਤੇਰੀ ਪਰਵਰਿਸ਼ ਹੋਏਗੀ, ਆਪਣੇ ਘਰਾਂ 'ਚ ਕਿਸੇ ਨੂੰ ਮਹਿਸੂਸ ਵੀ ਨਹੀਂ ਹੋਣ ਦਾਂਗੇ। ਮਹਿਸੂਸ ਇੱਦਾਂ ਹੋ ਰਿਹਾ ਵੀ ਕਿ ਜਿਵੇਂ ਨਾ ਦਰਵਾਜ਼ਾ ਫਟਰ ਹੋਇਆ ਵੇ। ਇਸ ਤਰ੍ਹਾਂ ਹੈ ਨਾ ਕਿ ਇਹ ਜਦੋਂ ਤਕਸੀਮ ਹੋਈ ਹੈ ਅਤੇ ਉਦੋਂ ਚਾਰੇ ਪਾਸਿਓਂ ਇਹਨਾਂ ਦੀ ਹਵੇਲੀ 'ਤੇ ਹਮਲਾ ਕੀਤਾ ਗਿਆ। ਅੱਛਾ, ਠੀਕ ਹੈ ਨਾ। ਅਤੇ ਇਹ ਆਪਣੀ ਘੋੜੀ 'ਤੇ ਬਹਿ ਕੇ ਅਤੇ ਨਿਕਲਣ ਲੱਗੇ ਨੇ, ਅਤੇ ਉਦੋਂ ਫਿਰ ਇਸ ਦਰਵਾਜ਼ੇ ਦੇ ਉੱਤੇ ਪਹਾੜੀਆਂ ਨਾਲ ਮਤਲਬ ਵਾਰ ਕੀਤਾ। ਬਾਕੀ ਤੁਸੀਂ ਦੇਖਦੇ ਹੋ ਕਿੰਨਾ ਮਜ਼ਬੂਤ ਹੈ। ਸਾਡੇ ਇੱਧਰ ਸ਼ਮਾਲ ਜਾਨਬ ਰਜਿੰਦਰ ਸਿੰਘ ਬੈਦੀ ਸਾਹਿਬ ਦਾ ਡੇਰਾ ਹੈ। ਇਹ ਸਾਹਮਣੇ ਦੇਖ ਸਕਦੇ ਅਸੀਂ, ਸ਼ਮਾਲ ਸਾਈਡ ਤੇ, ਬਾਗ ਤੋਂ ਪਰਲੀ ਸਾਈਡ ਤੇ ਰਜਿੰਦਰ ਸਿੰਘ ਬੈਦੀ ਸਾਹਿਬ ਦਾ ਡੇਰਾ ਹੈ, ਜਿਹੜੀ ਇੱਕ ਬੜੀ ਮਸ਼ਹੂਰ ਸ਼ਖਸੀਅਤ ਹਨ, ਜਿਨ੍ਹਾਂ ਦੇ ਬਹੁਤ ਸਾਰੇ ਨਾਵਲ ਨੇ। ਇੱਕ ਉਹਨਾਂ ਦੀ ਕਿਤਾਬ ਲਿਖੀ ਹੋਈ, ਅੱਜ ਵੀ ਸਾਡੇ ਕੋਲ ਡਿਗਰੀ ਕਾਲਜ 'ਚ ਮੌਜੂਦ। ਇੱਕ ਚਾਦਰ ਮੈਲੀ ਸੀ, ਇਹਨਾਂ ਬਹੁਤ ਸਾਰੀਆਂ ਮੂਵੀਆਂ, ਨਾਵਲ, ਔਰ ਵੀ ਕਾਫੀ ਹਿਸਟਰੀ ਦੇ ਵਿੱਚ ਨਾਮ ਇਹਨਾਂ ਦਾ। ਇਹ ਉਹਨਾਂ ਦਾ ਡੇਰਾ ਸੀ, ਉਹਨਾਂ ਦੇ ਵਾਲਦ ਦਾ ਹੀਰਾ ਸਿੰਘ ਦੇ ਨਾਮ ਤੋਂ, ਜਿਹੜਾ ਅੱਜ ਵੀ ਹਰੀ ਵਾਲੇ ਡੇਰੇ ਤੋਂ ਨਾਮ ਤੋਂ ਜਾਣਿਆ ਜਾਂਦਾ ਹੈ। ਇਸ ਤੋਂ ਪਹਿਲੇ ਇੱਕ ਅਸੀਂ ਵੀਡੀਓ ਰਿਕਾਰਡ ਕਰਾਈ ਸੀ, ਉਹਦੇ ਵਿੱਚ ਬਜ਼ੁਰਗਾਂ ਨੇ ਜ਼ਿਕਰ ਕੀਤਾ ਸੀ ਤੂਤਾਂ ਵਾਲੇ ਖੂਹ ਦਾ, ਜਿਹੜਾ ਕਿ ਜਨੂਬ ਵਾਲੀ ਸਾਈਡ 'ਤੇ ਵੇ। ਠੀਕ ਹੈ। ਉਹ ਤੂਤਾਂ ਵਾਲਾ ਖੂਹ ਵੀ, ਉਹ ਵੀ ਪੁਰਾਣਾ ਸਿੱਖ ਸਰਦਾਰਾਂ ਦਾ ਹੀ ਹੈ। ਇਸ ਟਾਈਮ 3-4 ਖੂਹ ਨੇ ਜਿਹੜੇ ਪੁਰਾਣੇ ਹੀ ਚੱਲਦੇ ਆ ਰਹੇ ਨੇ। ਔਰ ਜੀ, ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ, ਪ੍ਰਣਾਮ ਦੋਸਤ। ਮੈਂ ਤੁਹਾਡਾ ਆਪਣਾ ਬੇਲੀ ਮਿੱਤਰ ਖਾਦਮ ਸੈਂ। ਮੈਂ ਇਸ ਵੇਲੇ ਮੌਜੂਦ ਹਾਂ ਜੀ ਪਿੰਡ ਡੱਲੇ ਕੀ, ਪਿੰਡ ਡੱਲੇ ਕੀ ਸਰ ਜ਼ਮੀਨ 'ਤੇ, ਔਰ ਮੈਂ ਤੁਹਾਨੂੰ ਇੱਥੇ ਆਪਣਾ ਸਰਦਾਰ ਬਲਬੀਰ ਸਿੰਘ ਗੁਰਾਇਆ, ਉਹਨਾਂ ਦੇ ਦਾਦਾ ਜਾਨ ਸਨ ਜੀ ਸਰਦਾਰ ਤਾਰਾ ਸਿੰਘ, ਜੋ ਕਿ ਇਸ ਪਿੰਡ ਦੇ ਨੰਬਰਦਾਰ ਸਨ। ਅਤੇ ਉਹਨਾਂ ਦੇ ਘਰ ਦੀ ਇੱਕ ਬੜੀ ਹੀ ਅਨਮੁੱਲੀ ਨਿਸ਼ਾਨੀ, ਜੋ ਕਿ ਇੱਕ ਦਰਵਾਜ਼ੇ ਦੀ ਸੂਰਤ ਵਿੱਚ ਮੌਜੂਦ ਹੈ, ਉਹ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ। ਅਤੇ ਬਾਕੀ ਦੀ ਗੱਲਬਾਤ ਅਸੀਂ ਇੱਥੋਂ ਦੇ ਜੋ ਵਸਨੀਕ ਨੇ ਉਹਨਾਂ ਤੋਂ ਪੁੱਛਦੇ ਹਾਂ ਕਿ ਇਸ ਖੂਹ ਨੂੰ ਕੀ ਕਿਹਾ ਜਾਂਦਾ ਸੀ। ਠੀਕ ਹੈ ਜੀ। ਜੀ, ਅਸਲਾਮ ਵਾਲੇਕੁਮ ਡਾਕਟਰ ਸਾਹਿਬ। ਵਾਲੇਕੁਮ ਅਸਲਾਮ ਵਰਹਮਤੁਲਾਹਿ ਵਬਰਕਾਤੁਹ। ਜੀ ਡਾਕਟਰ ਸਾਹਿਬ, ਕੀ ਹਾਲ ਹੈ? ਠੀਕ ਹੋ? ਅਲਹਮਦੁਲਿਲਾ। ਹਾਂਜੀ, ਸਭ ਤੋਂ ਪਹਿਲੇ ਜੀ ਆਪਣਾ ਨਾਂ ਦੱਸੋ। ਮੇਰਾ ਨਾਂ ਡਾਕਟਰ ਮੁਹੰਮਦ ਸ਼ਰੀਫ ਜੀ। ਤੋ ਵਾਲਾ ਸਾਹਿਬ ਦਾ ਨਾਂ? ਨਜ਼ੀਰ ਅਹਿਮਦ। ਠੀਕ ਹੈ। ਅਤੇ ਦਾਦਾ ਜੀ ਦਾ ਨਾਂ? ਮੁਹੰਮਦ ਹੁਸੈਨ। ਮੁਹੰਮਦ ਹੁਸੈਨ। ਡਾਕਟਰ ਸਾਹਿਬ, ਇਸ ਵੇਲੇ ਤੁਸੀਂ ਬੈਠੇ ਹੋ ਜੀ ਪਿੰਡ ਡੱਲੇ ਕੀ? ਜੀ ਜੀ। ਮਤਲਬ ਕਿ ਬਾਅਦ ਇਸ ਪਿੰਡ ਦੇ ਵਿੱਚ, ਅਤੇ 1947 ਤੋਂ ਪਹਿਲੇ ਜਿਹੜਾ ਆਪਣਾ, ਕਿਉਂਕਿ ਤੁਸੀਂ ਮਹਾਜਰ ਹੋ ਜੀ ਜੀ, ਆਪਣਾ ਜੋ ਪਿਛਲਾ ਐਡਰੈਸ ਸੀ, ਆਪਣਾ ਬਜ਼ੁਰਗ ਕਿੱਥੋਂ ਆਪਣੇ ਘਰ ਬੂਹੇ ਛੱਡ ਕੇ ਇੱਧਰ ਆਏ, ਕੋਈ ਪਤਾ ਤੁਹਾਨੂੰ ਪਿਛਲਾ ਜ਼ਿਲ੍ਹਾ ਕਿਹੜਾ ਸੀ? ਤਹਿਸੀਲ ਜੀ, ਤਹਿਸੀਲ ਗੁੜਗਾਵਾਂ। ਠੀਕ। ਜ਼ਿਲ੍ਹਾ ਵੀ ਗੁੜਗਾਵਾਂ ਸੀ ਉਹਨਾਂ ਦਾ, ਇੰਡੀਆ 'ਚੋਂ। ਅੱਛਾ। ਹਿਜਰਤ ਕਰਕੇ ਆਏ ਸਨ। ਮਤਲਬ ਤੁਹਾਡਾ ਤਲਕ ਮਿਵਾਤੀ ਭਰਾ ਦੇ ਨਾਲ? ਮਿਵਾਤੀ ਭਰਾ ਦੇ। ਅੱਛਾ ਜੀ, ਅੱਛਾ ਜੀ, ਠੀਕ ਠੀਕ ਠੀਕ। ਔਰ ਮੈਂ, ਕਿਉਂਕਿ ਮੇਰਾ ਸੈਕਿੰਡ ਵਿਜ਼ਿਟ ਪਿੰਡ ਡੱਲੇਗੀ ਦੇ ਵਿੱਚ, ਔਰ ਮਿਵਾਤੀ ਬਰਾਦਰੀ ਜਿਹੜੀ ਹੈ ਡੱਲੇਗੀ, ਕਾਫੀ ਕਾਫੀ ਘਰ ਨੇ, ਤਕਰੀਬਨ 15-20 ਘਰ ਹੈ ਨੇ। ਅੱਛਾ ਅੱਛਾ, ਠੀਕ ਹੈ। ਔਰ ਜੋ ਸਰਦਾਰ ਇੱਥੇ ਪਹਿਲੇ ਵੱਸਦੇ ਸਨ, ਕਿਉਂਕਿ ਤਕਰੀਬਨ 80-85% ਇੱਥੇ ਸਿੱਖ ਕਮਿਊਨਿਟੀ ਵੱਸਦੀ ਸੀ, ਗੁਰਾਏ ਜੱਟ ਸਨ, ਉਹ ਉਹਨਾਂ ਦੇ ਘਰਾਂ ਵਿੱਚ ਅਗਰ ਆ ਕੇ ਅੱਜ ਆਬਾਦ ਨੇ,
तो ज़्यादा मवाती बरात ही। अच्छा डॉक्टर साहब, दरवाज़ा एक तुहाडे कोल एक पल्ला पिया हुआ जो मैं जिन्हों कैप्चर कर रहा उस वे रिकॉर्ड कर रहा वा जी जी, तो ये वाल भी असं बाद चाहते हैं तुहानू जिहड़ा घर अलाट होया पाकिस्तान बनने तो बाद जिहड़े बजुर्ग आए वो घर किन्हां दा सी? वो तारा सिंह दा सी। तारा सिंह जिहड़े जैलदार सन? जी जी, तारा सिंह जिहड़े जैलदार सन, इन्हां 12 पिंडां दे जिहड़े सरबराह सन। ठीक है। उन्हां दी रिहायश सी जिथे असीं आ के रिहायश पजीर होए। सही है। ठीक है। जब तुसी होश सांभी या तुहाडी अख खुली ते तुसी जो पुराना घर सी मतलब सरदार तारा सिंह जैलदार दा क्या आया वो एज इट एज अपनी असली हालत मौजूद सी या कुछ चेंजिंग हो गई सी? जदों मैं होश संभाली उदों पुराने जिहड़े उन्होंने मकान सन हुण सारे नवें सिरे तों तामीर हो चुके सन। अच्छा। सिर्फ एक बैठक। ठीक है। बैठक की भी दिहड़ी कह लवो। अच्छा। बैठक तो उन्होंने बड़ी वसी कुशादा दसते सन, उन्होंने 14 दरवाजे सन। ठीक है। यह है जरा दरवाजा। अच्छा, खाली बैठक में तो 14 दरवाजे? 14 दरवाजे सन। ये समझ लो कि दिहड़ी जी जितों इंट्री होंगी सी बाहरों गली वाली साइड तो ओदा दरवाजा सी जिदी है तुहाडे सामने पल्ला मौजूद है। यानी वो जी बैठक सी बाहर गली वाले पास दरवाजा सी ओदा एक पल्ला मौजूद है जी। ठीक है जी। ठीक है जी। बाकी कुशादा बैठक सी, काफ़ी वसी और इस जगह दे विच मतलब कि दी रिहायश सी। ते जदों इत्थों चले गए उस तो बाद जदों साढ़े बुजुर्ग आए ने उदों उन्होंने उस ही हालत अग लगी मकान सड़े वगैरह इस तरह इस हालत पाया। तो उस तो बाद फिर उन्होंने कुछ अरसे तो बाद खुद इन दोबारा तमीर किया। लेकिन जदों असां होश संभालीए उदों सिर्फ ए मतलब बैठक सी जिहड़ी बैठक की भी दिहड़ी सी अगे फरंट पर। ठीक है ना। तो वो माशाला बड़ी ताजी नौ रायश नक्शो नकार नाल बनाई सी। तो वो दरवाजा सी जिते आके फिर पल्ला वे। ठीक है। घर वड्डा सी? घर काफ़ी वसी सी, काफ़ी जगह से मौजूद सी। ठीक है। क्योंकि इतों हिसाब ला लो कि जी बैठक कितनी वसी हो रही है, घर कि वड्डा है। और दूसरा जिदा आउट ऑफ रिकॉर्डिंग दसा कि भाई बैठक खुद ही वही होन तक कह भी सी कि 12 पिंडा के जैलदार सन, मतलब कि आना जाना सारे कोई कमी पेशी सरप्रस्ती करते सन। अगर कोई लड़ाई झगड़े का मामला होंगे तो वो ही बजुर्ग दस दिन के निपटा सन। और इतों जाने तो पहले भी उन्होंने यही इरादा रिक्वेस्ट उन्होंने रिक्वेस्ट की थी कि मैंने तुम इतने ही रहने दो जिस तरह मैं थोड़े ना अच्छा सबक अच्छा पे इसी तरह मतलब एक रांगा रल मिल के इतने रहन दिता जाए। लेकिन कुछ शार्प सामने नासर भी होंगे उन्होंने वजह न उन्होंने अपना मतलब कि मकान अग लाई, उन्होंने इतों फिर इन्हों हिजरत करन ते मजबूर कर दिता तो वो चले गए। तो कुछ अरसे तो पहले कोई तकरीबन 10 साल ला लो या 8 साल ला लो बेटी ए मई चलो। अच्छा। वो इतने आई। अच्छा। और उसने वेख्या सारा कि इतने साडा मतलब दरवाजा सी, इतने कमरे सन, इतने रिहायश सी, उन्हें अपनी सारी जगह पछाण ली। तो वो रह गई कोई 5-6 घंटे सारे को। ठीक है। जो माई साहब आए सन वो जो उन्होंने धी सी? हाँ, माई तारा सिंह की बेटी सी माई चन्नो। हाँ, जो हाँ। ये इतों गई सी दसते सन कि अपी बचा बजाते खुद दसदी सी कि मैं जो इतों पिंडों गई हाँ मेरे वाल साहब ने कि उन्होंने काफिले के नाल मैनू रवाना कर दिता। अच्छा। कि जाओ इतने हालात ठीक नहीं तो तुम काफिले नाल जाओ। तो इतों पिंडों नज़ीर ते बशीर दो भाई सन, वह मतलब दो बरादरिया दे अच्छे मतलब क्लोज तलक सन। तो उन्होंने काफिले नालों वापस आया मैंने लैन का। अच्छा। कि तेनों अपने कोल ही रखना, इतने तेरी परवरिश होएगी, अपने घर च किसी महसूस भी नहीं होन दांगे। अच्छा। लेकिन वो फिर वो बापू ने उन्हें आख्या कि नहीं पुत्र हालात नहीं ठीक। फिर वो दोबारा उन्होंने को लैके तो थोड़ी मुहब्बत अपनी जगह पर लेकिन इन जान दौ। फिर वो अपना इतने नज़दीक कितने पंजाब से इंडिया से उ सुकूनत पजीर ने, रियाज पजीर ने ते आई है। उसका एक बेटा भी सी जापान हुंदा है। अच्छा। वो भी नाल आया सी। अच्छा। ना तो मैं वाकफ नहीं। टोटल दो जी आए मतलब मां पुत्र आए? मां पुत्र आए सन। अच्छा। ते जो इतों गए उदो तो हालात ठीक नहीं सन है, गुरबत अफलास ते इहदा सामना सी। बाकी हुण अलहमदुलिल्लाह वो दसदे सन के मतलब कि अला हालात साडे काफ़ी बेहतर ने, बेटा जापान चला गया, अच्छी रिहायश है, अच्छा सिलसिलाकार है सारा। ये सारा मतलब एक उन्होंने दसा। माई साहबा जिन्हों का तुम नाम दसा माई चन्नो, उन्हें जब घर का विजिट किया तो कोई पुराना कोई निशान जिदा एक सू पले की सूरत एक अज भी इतने मौजूद है तो डेरे से, इस तरह कोई पुराना निशान कोई जिदा बैठक कुछ है सी?
ਜਦੋਂ ਆਈ ਉਦੋਂ ਬੈਠਕ ਨਹੀਂ ਸੀ ਆਇਆ ਨਹੀਂ ਸੀ ਆਇਆ ਉਦੋਂ ਮੈਂ ਤਾਮੀਰ ਕਰਕੇ ਇੱਥੇ ਹੁਣ ਆਪਣਾ ਕਲੀਨਿਕ ਤਿਆਰ ਕੀਤਾ ਲੇਕਿਨ ਗਲੀਆਂ ਦੇ ਨਕਸ਼ੇ ਰੱਖ ਸਭ ਸੇਮ ਉਹੀ ਸਾਹਮਣੇ ਫਿਰ ਉਸੇ ਜਿਹੜੀ ਫਰੰਟ ਤੇ ਬੇੜੀ ਹੈ ਨਾ ਅੱਛਾ ਉਹ ਬੇੜੀ ਵੀ ਉਹਨੇ ਆਪਣੀ ਪਛਾਣੀ ਕਿ ਇਹ ਸਾਡੇ ਵਕਤ ਦੇ ਵਿੱਚ ਸਾਡੇ ਬੇੜੀ ਦਾ ਰੁੱਖ ਸੀ ਬੇੜੀ ਦਾ ਦਰਖਤ ਜਿਹੜਾ ਨਾ ਉਹ ਮੌਜੂਦ ਹੈ ਹੁਣ ਵੀ ਬੇੜੀ ਸੀ ਤੇ ਇਹ ਦਰਵਾਜ਼ਾ ਤੇ ਇਹ ਉਹਨਾਂ ਨੇ ਕੁਝ ਫਿਰ ਉਹ ਇਸ ਚੀਜ਼ ਨੂੰ ਵੇਖ ਕੇ ਨਾ ਮਤਲਬ ਦਿਲ ਬਰਦਾਸ਼ਤ ਹੋਈ ਕਿ ਸਾਡੀ ਇੱਥੇ ਕੋਈ ਐਸੀ ਖਾਸ ਨਿਸ਼ਾਨੀ ਤੇ ਅਲਾਮਤ ਬਾਕੀ ਨਹੀਂ ਕਿਉਂਕਿ ਉਹਨਾਂ ਨੇ ਉੱਥੇ ਇੱਕ ਬਚਪਨ ਉਹਨਾਂ ਦਾ ਗੁਜ਼ਰਿਆ ਬਾਕੀ ਸਾਹਮਣੇ ਮਕਾਨ ਸਨ ਉਹਨਾਂ ਵੱਲੋਂ ਕਿ ਇਹ ਵੀ ਸਾਡੇ ਚਾਚੇ ਤਾਇਆਂ ਦੇ ਹੀ ਸਨ ਅੱਛਾ ਪੂਰਾ ਮਹੱਲਾ ਜਿਹੜਾ ਮਤਲਬ ਹੈ ਕਿ ਇੱਥੇ ਸਾਡੀ ਰਿਹਾਇਸ਼ ਸੀ ਇਸ ਤਰ੍ਹਾਂ ਉਸਨੇ ਮਤਲਬ ਹੈ ਕਿ ਫਿਰ ਜਾ ਕੇ ਵੀ ਮੇਰੇ ਨਾਲ ਫੋਨ 'ਤੇ ਰਾਬਤੇ 'ਚ ਰਹੀ ਹੈ ਹਾਲ ਚਾਲ ਪੁੱਛਣਾ ਦੱਸਣਾ ਅਤੇ ਠੀਕ ਕਾਫੀ ਅਰਸੇ ਤੱਕ ਰਾਬਤਾ ਰਿਹਾ ਦੱਸਦੀ ਸੀ ਕਿ ਮੈਂ ਗਈ ਹਾਂ ਲੇਕਿਨ ਰਹਿਣਾ ਸੀ ਰਾਤ ਲੇਕਿਨ ਉਹ ਵੇਖ ਕੇ ਕਿ ਦਿਲ ਦੇ ਕੋਲ ਬਰਦਾਸ਼ਤ ਨਹੀਂ ਹੋਇਆ ਕਿ ਇਤਨੀ ਸ਼ਾਦਾ ਸਾਡੀ ਜਗ੍ਹਾ ਸੀ ਰਿਹਾਇਸ਼ ਸੀ ਬੈਠਕ ਸੀ ਸੀ ਮਕਾਨ ਸੀ ਇਤਨਾ ਖੂਬਸੂਰਤ ਅਤੇ ਸਾਰਾ ਉੱਥੇ ਸਾਰੀ ਕੋਈ ਸ਼ਹਿਰ ਨਾ ਮਿਲੀ ਦਿਲ ਨੂੰ ਬੇਚੈਨੀ ਅਤੇ ਇਸ ਵਜ੍ਹਾ ਤੋਂ ਫਿਰ ਉਹ ਨਹੀਂ ਬਰਦਾਸ਼ਤ ਹੋਇਆ ਉੱਥੋਂ ਫਿਰ ਅਸੀਂ ਟੈਕਸ ਲੈ ਸਨ ਦਾਲ ਆਪਣਾ ਉਹਨਾਂ ਦੀ ਜ਼ਿਆਰਤ ਅਤੇ ਉੱਥੋਂ ਫਾਰਗ ਹੋ ਕੇ ਅਤੇ ਵਾਪਸ ਚਲੇ ਗਏ ਠੀਕ ਹੈ ਠੀਕ ਹੈ ਅਤੇ ਇਹ ਥੋੜ੍ਹਾ ਦੱਸ ਦੇਵੋ ਕਿ ਉਹ ਪਿੱਛੇ ਇੰਡੀਆ ਜਾ ਕੇ ਕਿੱਥੇ ਬੈਠਿਆ ਤੁਹਾਨੂੰ ਕੋਈ ਯਾਦ ਹੈ ਆਪਣਾ ਜ਼ਿਲ੍ਹਾ ਗੁਰਦਾਸਪੁਰ ਸੀ ਰਾਜਸਥਾਨ ਦੱਸਿਆ ਜਾਂ ਕਿੱਥੇ ਪੰਜਾਬ ਹੀ ਦੱਸਿਆ ਚੱਲ ਆਲਮ ਮੁਕੰਮਲ ਐਡਰੈਸ ਨਹੀਂ ਉਹਨਾਂ ਨੇ ਦੱਸਿਆ ਨਾ ਹੀ ਮੈਂ ਉਹਨਾਂ ਕੋਲ ਪੁੱਛਣਾ ਮੁਨਾਸਿਬ ਸਮਝਿਆ ਉਸ ਵਕਤ ਨਹੀਂ ਦੇਣ ਚ ਰਿਹਾ ਪੈਸੇ ਉਹਨਾਂ ਦੇ ਆਉਣ ਤੋਂ ਬਾਅਦ ਕੁਝ ਅਰਸਾ ਤੁਹਾਡੀ ਗੱਲਬਾਤ ਹੁੰਦੀ ਰਹੀ ਅੱਜ ਦੇ ਦੌਰ 'ਚ ਤੁਹਾਡਾ ਰਾਬਤਾ ਨਾਲ ਨਹੀਂ ਉਹਨਾਂ ਨਾਲ ਕੋਈ ਰਾਬਤਾ ਨਹੀਂ ਕੀ ਵਜ੍ਹਾ ਬਣੀ ਜੀ ਬਸ ਉਹ ਨੰਬਰ ਜਿਹੜਾ ਸੀ ਮੇਰੇ ਕੋਲ ਲੀਕ ਹੋ ਗਿਆ ਅੱਛਾ ਅਤੇ ਰਾਬਤਾ ਨਾ ਹੋ ਸਕਿਆ ਬਾਕੀ ਉਹ ਵੀ ਕਾਲ ਕਰ ਲੈਂਦੇ ਸਨ ਮੈਂ ਵੀ ਫੋਨ 'ਤੇ ਰਾਬਤਾ ਕਰ ਲੈਣਾ ਕਰਨਾ ਇਸ ਤਰ੍ਹਾਂ ਹਾਲ ਅਹਿਵਾਲ ਜੀ ਅਤੇ ਇਸ ਤਰ੍ਹਾਂ ਸਾਰੀ ਜੀ ਡਾਕਟਰ ਸਾਹਿਬ ਇਸ ਵੇਲੇ ਉਸ ਗਲੀ 'ਚ ਜਿੱਥੇ ਮਤਲਬ ਸਰਦਾਰ ਤਾਰਾ ਸਿੰਘ ਜੀ ਦਾ ਘਰ ਸੀ ਉੱਥੋਂ ਕੋਈ ਪੁਰਾਣਾ ਕੋਈ ਆਈ ਵਿਟਨੈਸ ਨਾ 1947 ਦੌਰ ਆਪਣੀ ਅੱਖੀ ਵੇਖੀ ਹੋਏ ਕੁਝ ਗੱਲਾਂ ਸਰਦਾਰ ਤਾਰਾ ਸਿੰਘ ਦੇ ਬਾਰੇ ਕੋਈ ਕਰ ਸਕਣ ਕੋਈ ਹੈ ਨਾ ਬਜ਼ੁਰਗ ਤੁਹਾਡੀ ਨਜ਼ਰ 'ਚ ਆਹ ਬਜ਼ੁਰਗ ਤਾਂ ਹੁਣ ਤਕਰੀਬਨ ਬਹੁਤ ਹੋ ਚੁੱਕੇ ਨੇ ਇੱਕ ਬਾਬਾ ਅਰੋੜਾ ਹੈ ਅੱਛਾ ਉਹ ਮਤਲਬ ਕਿ ਇਹਨਾਂ ਦੇ ਮਹੱਲੇਦਾਰ ਵੀ ਸਨ ਕਰੀਬੀ ਵੀ ਸਨ ਅਤੇ ਉਹ ਇੱਥੋਂ ਦੇ ਮੁਕਾਮੀ ਸਨ ਉਹ ਤਕਰੀਬਨ ਹੁਣ ਸਾਡੇ ਮਹੱਲੇ 'ਚ ਇਸ ਟਾਈਮ ਹਜ਼ਾਰ ਨੇ ਬਾਕੀ ਉਸ ਵਕਤ ਦੇ ਉੱਤੇ ਇੱਥੇ ਮੌਜੂਦ ਨਹੀਂ ਕਿਉਂਕਿ ਜ਼ਿਆਦਾ ਹਿਜਰਤ ਕਰਕੇ ਆਉਣ ਵਾਲੇ ਲੋਕ ਇੱਥੇ ਰਿਹਾਇਸ਼ ਪਜ਼ੀਰ ਨੇ ਅਤੇ ਜਿਹੜੇ ਮੁਕਾਮੀ ਨੇ ਉਹਨਾਂ ਦੇ ਵਿੱਚੋਂ ਇਹ ਬਾਬਾ ਅਰੋੜਾ ਹੈ ਬਾਕੀ ਜਿਹੜੇ ਨੇ ਤਕਰੀਬਨ ਫੌਤ ਹੋ ਗਏ ਡਾਕਟਰ ਸਾਹਿਬ ਇਸ ਦਰਵਾਜ਼ੇ ਦੇ ਬਾਰੇ ਥੋੜ੍ਹਾ ਸਾਨੂੰ ਦੱਸੋ ਕਿ ਜਿੱਦਾਂ ਵਕਤ ਦੇ ਥਪੇੜਿਆਂ ਨਾਲ ਮਤਲਬ ਕਿ ਕਹਿ ਲਓ ਕਿ ਇਹ ਮਹਿਸੂਸ ਇੱਦਾਂ ਹੋ ਰਿਹਾ ਵੇ ਕਿ ਜਿਵੇਂ ਨਾ ਦਰਵਾਜ਼ਾ ਫਟਰ ਹੋਇਆ ਵੇ ਕੁਛ ਇਸ ਤਰ੍ਹਾਂ ਹੈ ਨਾ ਕਿ ਇਹ ਜਦੋਂ ਤਕਸੀਮ ਹੋਈ ਹੈ ਅਤੇ ਉਦੋਂ ਚਾਰੇ ਪਾਸਿਓਂ ਇਹਨਾਂ ਦੀ ਹਵੇਲੀ 'ਤੇ ਹਮਲਾ ਕੀਤਾ ਗਿਆ ਅੱਛਾ ਠੀਕ ਹੈ ਨਾ ਅਤੇ ਇਹ ਆਪਣੀ ਘੋੜੀ 'ਤੇ ਬਹਿ ਕੇ ਅਤੇ ਨਿਕਲਣ ਲੱਗੇ ਨੇ ਅਤੇ ਉਦੋਂ ਫਿਰ ਇਸ ਦਰਵਾਜ਼ੇ ਦੇ ਉੱਤੇ ਕੁਹਾੜੀਆਂ ਨਾਲ ਮਤਲਬ ਵਾਰ ਕੀਤਾ ਬਾਕੀ ਤੁਸੀਂ ਵੇਖਦੇ ਹੋ ਕਿਤਨਾ ਮਜ਼ਬੂਤ ਹੈ ਤਕਰੀਬਨ ਇਹਦੇ 'ਚ ਕਾਫੀ ਵਜ਼ਨ ਜੇ ਕਿੱਲ ਲੱਗੇ ਨੇ ਹਾਂਜੀ ਸਾਰਾ ਲੋਹਾ ਲੱਗਾ ਜੀ ਵੱਡੇ ਕਿੱਲ ਨੇ ਅਤੇ ਬੜਾ ਮਜ਼ਬੂਤ ਸੀ ਇਹ ਦਰਵਾਜ਼ਾ ਅਤੇ ਇਹਦੀ ਤਾਜ਼ੀ ਨੂੰ ਰਾਇਸ਼ ਕਾਫੀ ਸੀ ਹੁਣ ਤਾਂ ਬਸੀਦਾ ਹੋ ਗਿਆ ਅਤੇ ਕਾਫੀ ਵੱਡਾ ਸੀ ਔਰ ਦੂਸਰਾ ਇਵੇਂ ਕਿ ਆਪਣਾ ਬਸ ਉਹ ਉਸ ਵਕਤ ਮਤਲਬ ਇਵੇਂ ਕਿ ਇਸ ਦੇ ਉੱਤੇ ਉਹ ਕੁਹਾੜੀਆਂ ਨਾਲ ਕਿਸੇ ਤਰੀਕੇ ਨਾਲ ਖੁੱਲ੍ਹੇ ਖੋਲ੍ਹਣ ਵਾਸਤੇ ਤੋੜਨ ਦੀ ਕੋਸ਼ਿਸ਼ ਕੀਤੀ ਉਹਦੀ ਵਜ੍ਹਾ ਨਾਲ ਕਾਫੀ ਬਾਕੀ ਚੌਕਾਟ ਇਹਦੀ ਕਾਫੀ ਵੱਡੀ ਸੀ ਮਤਲਬ ਕਿ ਅੱਜ ਸ਼ਤੀਰ ਵੀ ਐਡੇ ਵੱਡੇ ਨਹੀਂ ਹੈ ਜਿਤਨੀ ਇਹਦੀ ਚੌਕਾਟ ਸੀ ਇਤਨਾ ਵੱਡਾ ਹੈ ਦਰਵਾਜ਼ਾ ਇਹਦੀ ਚੌਕਾਟ ਔਰ ਦਰਵਾਜ਼ਾ ਵੀ ਕਾਫੀ ਵੱਡਾ ਸੀ ਇੱਕ ਤਾਂ ਇਹ ਤਾਂ ਇੱਕ ਪੱਲਾ ਹੈ ਨਾ ਇਹ ਦੋ ਪੱਲੇ ਸਨ ਅਤੇ ਹਾਈਟ ਵੀ ਤੁਹਾਡੇ ਸਾਹਮਣੇ ਵੀ ਕਿਤਨੀ ਹਾਈਟ ਹੈ ਅਤੇ ਉਹ ਬਸ ਇਸ ਤਰ੍ਹਾਂ ਜੀ 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 ਮੰਦਰ ਕਸ਼ੀ ਕਰ ਰਿਹਾ ਜੇ ਦਰਵਾਜ਼ਾ ਉਸ ਹਾਂ ਉਸ ਵਕਤ ਦੀ ਅਕਾਸੀ ਕਰਦਾ ਪਿਆ ਦੱਸਦਾ ਪਿਆ ਕਿ ਆਪਣਾ ਉਸ ਵਕਤ ਵੇਖੋ ਨਾ ਹਾਈਟ ਕਿੰਨੀ ਹੈ ਉਹਨਾਂ ਲੋਕਾਂ ਦੇ ਕਦ ਕਾਠ ਉਹਨਾਂ ਦੀ ਵਜ੍ਹਾ ਕਰਤਾ ਅਤੇ ਉਸ ਵਕਤ ਦੀ ਮਜ਼ਬੂਤੀ ਔਰ ਦੀਵਾਰਾਂ ਉਸ ਬੈਠਕ ਦੀਆਂ ਮੈਂ ਖੁਦ ਮਤਲਬ ਕਿ ਵੇਖੀਆਂ ਨੇ ਕਿ ਉਹਨਾਂ ਦੇ ਤੁਸੀਂ ਮੰਜੀ ਡਾ ਸਕਦੇ ਹੋ ਇਤਨੀਆਂ ਇਤਨੀਆਂ ਚੌੜੀਆਂ ਦੀਵਾਰਾਂ ਸਨ ਅਤੇ ਬਾਹਰੋਂ ਉਹਨਾਂ ਨੇ ਤਾਜ਼ੀਨੋ ਰਾਇਸ਼ ਮੀਨਾਕਾਰੀ ਇਸ ਤਰ੍ਹਾਂ ਕੀਤੀ ਸੀ ਕਿ ਅੱਜ ਮੁਸ਼ਕਲ ਹੈ ਕਰ ਤਾਂ ਸਕਦੇ ਨੇ ਲੇਕਿਨ ਝਾਕ ਨਾਲ
मतलब कि उस वक्त तो इटा तराश तराश के बैठक की बड़ी बार बारों खूबसूरती उन्होंने बनाई थी, बड़ा अच्छा डिजाइन बनाया। लेकिन उस लैवल का काम अज के दौर नहीं हो सकता, इन्ना टाइम ही नहीं है किसी का। हाँ जी जी जी। बाकी डॉक्टर साहब इस एरिया मतलब जो डेरा वा जिस खूह से मौजूद हाँ इनू की कहा जाता सी जां की नाम सी? इनू इस वक्त म्यावां दा डेरा कह सकने हैं या मास्टर अब्दुल करीम साहब जिहड़े ने उन्हां दा डेरा है मशहूर है उन्हां दे नाम तो, क्योंकि वह डेरे ने साडे बजुर्ग ने इस वक्त उन्हां दे नाम तो ज़्यादा मशहूर है मास्टर अब्दुल करीम साहब दा डेरा। पाकिस्तान बनने तो पहले की हाल सी, मतलब कि किस नाम करके जाना जाता है उस वक्त? भाई दस रहे सर नवा खूह, नवा खूह कह सकते हो हाँ। क्योंकि है तो यह पुराना ही है, जो पार्टीशन तो पहला आई इतने ठीक है ना, ये जगह पर मौजूद सी ये सारा सिलसिलाकार। बाकी इस तरह ही इतने जमीन बजुर्गों अलाट हुई ना, इतने कैंप जीर हो सारा, मतलब कि दूसरे साढ़े ताए चाचे ने उन्होंने सारे जमीन अपनी अपनी इस खूह तो ही जरा अपना मतलब कि बैल जोड़ के पानी वगैरह का इस्तेमाल करना बारी बनी होनी तो सारा सिलसिला इतने पुराना ही से इतने आके मतलब ठीक जी। बहुत शुक्रिया। और साढ़े नाल मौजूद ने साडे भाई वड्डे वीर मामा यूसफ साहब जो कि पिंड डल्ले के रहने वाले ने। यूसफ भाई जान तुम दस रहे हो सौगा की रिकॉर्डिंग मेरे गल की एक नवे खूह ही अगली साइड पर टंडे की एक होर बड़ी मशहूर शख्सियत सी, मैं कहना कि उन्होंने साढ़े इधर शमाल जानब ना शमाल जानब रजिंदर सिंह बैदी साहब का डेरा है, यह सामने देख सकते हैं शमाल साइड से बाग तो परली साइड, बाग तो परली साइड से रजिंदर सिंह बैदी साहब का डेरा है जी। एक बड़ी मशहूर शख्सियत हैं जिन्हों के बहुत सारे नावल ने, एक उन्होंने किताब लिखी हुई अज भी साढ़े को डिग्री कॉलेज मौजूद, एक चादर मैली सी इन्हें बहुत सारिया मूविया नावल और भी काफ़ी हिस्टरी के नाम इन्हों का यह उन्हों का डेरा से उन्होंने वालद का हीरा सिंह के नाम तो जो अज भी हरी वाले डेरे तो नाम तो जाने जाता है। इस तो पहले एक असी वीडियो रिकॉर्ड कराई सी वो बजुर्गों ने जिक्र किया तूतों वाले खूह का जोड़ा कि जनूब वाली साइड पर वे ठीक है, वो तूतों का खूह भी वह भी पुराना सिख सरदारा का ही है। इस टाइम तीन चार खूह ने जोड़े पुराने ही चलते आ रहे हैं और कुछ डेरे ऐसे ने जिन्हें नाम तब्दील हो गए वक्त के नाल नाल, लेकिन कुछ डेरे ऐसे ने जोड़े अज भी पुराने सिखा के दौर तो चलते आ रहे हैं ना, जिस तरह के हरी वाला डेरा, तूतों वाला खूह, टूटियां वाला खूह, ये पुराने वक्त तो चलते आ रहे हैं पार्टीशन पहले तो। जिस तरह हड़क इतने लेंदे पासे एक डेरा है सिखनी वाले डेरे तो ना तो मशहूर है, अच्छा वह भी पुराना ही डेरा है ठीक है। पिंडो जनूब साइड से ही जिन्हों असी लेंदा पासा कह लें पंजाबी उत्थे तारा सिंह का खूह है जिन्होंने अज मंजू वाले के नाँ तो जाने जा रहा है, वो तारा सिंह का खूह हों अच्छा अच्छा तारा सिंह का खूह तारा सिंह का खूह जरा और तारा सिंह का घर डॉक्टर साहब ने जिन्होंने अलाट होया है ठीक है खेती बाड़ी जो उधर करते हैं जमीन अलाट हुई खूह भी उन्होंने अलाट हो गया ये रकबा इधर भी उन्होंने सरदारा को जेडे उधरों आए सन सरदार नुशाद साहब ने इस टाइम उन्होंने ताए के बेटे को हरी वाला खूह से और पिंडों लेंदे पासे जेड़ा वह तारा सिंह का खूह से जेड़ा उन्होंने चाचे के बेटे के कोल है सरदार आजम साहब ने इस तरह कोई ना है उन्होंने उन्होंने कोल है आप ही तो लाहौर च रहते हैं लेकिन रकबा उन्होंने इतना ही है ठीक। बहुत शुक्रिया, थैंक यू।